ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿੱਦਾਂ ਜੀ ਸਾਰੇ? ਚੜ੍ਹਦੀ ਕਲਾ 'ਚੋਂ ਮਹਾਰਾਜ ਖੁਸ਼ੀਆਂ ਗੇੜੇ ਬਖਸ਼ਣ ਜੀ ਤੁਹਾਨੂੰ ਸਾਰਿਆਂ ਨੂੰ। ਅਤੇ ਬਾਈ, ਮੈਂ ਹੋ ਗਿਆ ਹਾਂ ਤਿਆਰ, ਤਿਆਰ ਦੇ ਟਾਈਮ ਹੋ ਗਿਆ ਹੈ 9:30। ਅਤੇ ਜਿਹੜਾ ਦਰਬਾਰ ਵਿੱਚ ਪਾਠਾਂ ਦੇ ਭੋਗ ਪੈ ਰਹੇ ਨੇ, ਅਤੇ ਆਪਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਜਿੱਦਾਂ ਕਿ ਸਵੇਰੇ ਸਵੇਰੇ ਹੀ ਪਹੁੰਚੇ ਹਾਂ ਇੱਥੇ 5 ਵਜੇ, ਹੈ ਨਾ। ਅਤੇ ਥੋੜ੍ਹਾ ਜਿਹਾ ਸੁੱਖ ਆਪਾਂ ਲਿੱਤਾ, ਹੁਣ ਸੁੱਖ ਲੈ ਕੇ ਇਸ਼ਨਾਨ ਪਾਨ ਕਰਕੇ ਤਿਆਰ ਤਿਆਰ ਹੋ ਗਏ ਹਾਂ। ਅਤੇ ਬਾਈ ਹੁਣ ਆਪਣੇ ਨਾਲ ਦੇ ਤਿਆਰ ਹੋ ਰਹੇ ਆ ਹਲੇ, ਠੀਕ ਹੈ ਜੀ। ਅਤੇ ਮੈਂ ਹੁਣ ਚੱਲਦਾ ਬਾਹਰ, ਅਤੇ ਤੁਹਾਨੂੰ ਦਰਸ਼ਨ ਮੇਲੇ ਕਰਾਉਂਦਾ ਪੂਰੇ ਜੋੜ ਮੇਲੇ ਦੇ, ਘੋੜਿਆਂ ਦੇ, ਸਿੰਘਾਂ ਦੇ, ਉਹ ਆਪਣੇ ਗਿਆਨੀ ਜੀ ਦੇ, ਸਾਰਿਆਂ ਦੇ ਦਰਸ਼ਨ ਮੇਲੇ ਆਪ ਜੀ ਨੂੰ ਕਰਾਉਂਦੇ ਹਾਂ। ਅਤੇ ਚੱਲਦੇ ਹਾਂ ਦਰਬਾਰ 'ਚ, ਫਿਰ ਦਰਬਾਰ ਦੇ ਆਪਾਂ ਤੁਹਾਨੂੰ ਸਾਰਾ ਪ੍ਰੋਗਰਾਮ ਦੇ ਦਰਸ਼ਨ ਮੇਲੇ ਕਰਾਵਾਂਗੇ ਜੋ ਅੱਜ ਇੱਥੇ ਹੋਣਾ ਹੈ। ਚੱਲਦੇ ਹਾਂ ਫਿਰ, ਆਓ ਕਰੀਏ ਦਰਸ਼ਨ ਮੇਲੇ। ਅਕਾਲ, ਠੀਕ ਹੈ ਬਾਬਾ ਜੀ, ਮੈਂ ਆਉਂਦਾ ਫਿਰ। ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਬਾਬਾ ਜੀ, ਚੜ੍ਹਦੀ ਕਲਾ? ਅਕਾਲ, ਆ ਜੀ ਹੁਣ ਆਪ ਜੀ ਘੋੜਿਆਂ ਦੇ ਦਰਸ਼ਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਜੀ। ਅਤੇ ਆਪਣਾ ਘੋੜਾ ਉਹ ਖੜਾ ਜੀ, ਦੇਖ ਲਓ, ਆਪਾਂ ਨਾ ਹੱਲੇ ਨਾਲ ਹੀ ਇੱਥੇ ਖੜਾ ਕਰਤਾ ਸੀਗਾ, ਅਤੇ ਆਹ ਖੜਾ ਆਪਣਾ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਕੀ ਹਾਲ ਹੈ ਬਾਬਾ ਜੀ? ਚੜ੍ਹਦੀ ਕਲਾ ਬਾਬਾ ਜੀ, ਕਿਰਪਾ ਜੀ। ਅਕਾਲ, ਅਕਾਲ, ਆਹ ਘੋੜਿਆਂ ਦੇ ਇਸ਼ਨਾਨ ਕਰਾ ਕੇ ਆਏ ਜੀ, ਦੇਖੋ। ਅਤੇ ਹਾਂਜੀ, ਦਰਸ਼ਨ ਮੇਲੇ ਆਪਾਂ ਕਰ ਲਏ, ਅਤੇ ਹੁਣ ਹੋ ਰਹੇ ਹੈ ਝਟੰਗੇ, ਕਿਉਂਕਿ ਪਾਠਾਂ ਦੇ ਭੋਗ ਵੀ ਪੈ ਗਏ ਨੇ, ਅਤੇ ਹੁਣ ਹੱਲੇ ਨਾਲ ਹੀ ਝਟੰਗੇ ਹੋ ਜਾਣੇ ਆ। ਅਤੇ ਆਪਾਂ ਚੱਲਦੇ ਹਾਂ ਹੁਣ ਦੂਜੇ ਵਾਲੇ ਪਾਸੇ, ਝਟੰਗੇ ਵਾਲੀ ਸਾਈਡ 'ਤੇ। ਫੌਜਾਂ ਤਿਆਰ ਬ ਤਿਆਰ ਆ ਜੀ,
ਆਹ ਦੇਖੋ ਜੀ ਚਟੰਗੇ ਆ ਚੁੱਕੇ ਨੇ, ਤਕੜੇ ਤਕੜੇ ਚਟੰਗੇ ਆਏ ਅੱਜ, ਇਹ ਸਾਰੇ ਝਟਕਾਏ ਜਾਣੇ ਲੱਗਦਾ। ਕਾਲ ਤੇਰੀ ਦਾਣ ਮਾਣ 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 ਤੇਰੀ ਕੋਣ ਸੰਦੇ ਆ ਤੇਰੀ।
ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਹਾਂਜੀ, ਦਰਬਾਰਾਂ ਦੀ ਹੋ ਗਈ ਹੈ ਜੀ ਸਮਾਪਤੀ, ਅਤੇ ਹੁਣ ਜਿਹੜੇ ਦੀਵਾਨ ਹੈਗੇ ਆ ਉਹ ਪਾਲਕੀ ਸਾਹਿਬ ਥੱਲੇ ਖੁੱਲ੍ਹੇ ਪੰਡਾਲ ਵਿੱਚ ਜਿਹੜੇ ਦੀਵਾਨ ਲੱਗਣਗੇ, ਅਤੇ ਉੱਥੇ ਢਾਡੀ ਜਿੱਥੇ ਕੀਰਤਨੀ ਹੈ ਅਤੇ ਆਪਣੇ ਕਥਾਵਾਚਕ ਜਿਹੜੇ ਆ ਸਾਰੇ ਉੱਥੇ ਪੁੱਜਣਗੇ ਅਤੇ ਦਰਸ਼ਨ ਵੇਲੇ ਸੰਗਤਾਂ ਨੂੰ ਦੇਣਗੇ। ਅਤੇ ਬਸ ਆਪਣਾ ਵੀ ਹੁਣ ਉੱਥੇ ਥੱਲੇ ਆ ਗਏ ਹਾਂ, ਜਲ ਪਾਣੀ ਛੱਕ ਕੇ ਫਿਰ ਚੱਲਦੇ ਹਾਂ ਪੰਡਾਲ ਵਿੱਚ ਦਰਸ਼ਨ ਮੇਲੇ ਕਰਦੇ ਹਾਂ। ਬਾਕੀ ਆਹ ਦੇਖੋ ਜੀ, ਇਹ ਹੈਗੀ ਹੈ ਪੰਜਾਬ ਦੀ ਜਵਾਨੀ ਹਾਲੇ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਦੇਖੋ ਜੀ ਬਾਬੇ, ਇਹ ਪੰਜਾਬ ਦੀ ਜਵਾਨੀ ਹੈ ਹਾਲੇ ਵੀ ਜਿਹੜੀ ਕਾਇਮ ਹੈ। ਕਾਲੂ
ਬਾਬਿਆਂ ਨੇ ਇੱਥੇ ਸ਼ਸਤਰਾਂ ਦਾ ਸਟੋਲ ਲਾਇਆ ਜੀ। ਹਾਂਜੀ ਵਾਹਿਗੁਰੂ ਸ੍ਰੀ ਸਾਹਿਬ, ਅੰਦਰੋਂ ਹੀ ਮਿਲਣ ਗਈ ਹੈਗੀ ਤੇ ਹੈ ਬਾਈ, ਚੱਲ ਜਾਊਗੀ ਅੰਮ੍ਰਿਤ ਛਕਣਾ ਤੁਸੀਂ ਬਾਬਾ ਜੀ ਹੈ ਬਾਬਾ ਜੀ, ਇਹ ਛੋਟਾ ਸਾ ਗੱਤਰਾ ਹੈ, ਇਹ ਫਿਰ ਵੱਡੀ ਲੈਣੇ ਮੰਮੀ ਨੇ, ਇਹ ਫਿਰ ਵੱਡੀ ਲੈਣੇ ਦਵਾ ਦਿਓ ਫਿਰ ਪੈਸੇ ਤੁਸੀਂ। ਅੰਮ੍ਰਿਤ ਨਾਮ ਵਸੇ ਅੰਮ੍ਰਿਤ ਨਾਮ ਵਸੇ ਇੱਕ ਵਾਰ ਸ੍ਰੀ ਵਾਹਿਗੁਰੂ ਕਹਿੰਦੇ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਪੰਥ ਖਾਲਸਾ ਸਰੋਵਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ 96 ਕਰੋੜੀ ਮਹਾਂਪੁਰਸ਼ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਅਕਾਲੀ ਮਹਾਂਪੁਰਸ਼ਾਂ ਦੀ ਅਗਵਾਈ ਵਿੱਚ ਜੋ ਖਾਲਸੇ ਦੀ ਰਾਜਧਾਨੀ ਹੈ, ਗੁਰੂ ਪੰਥ ਖਾਲਸੇ ਦੀ ਮਹਾਨ ਛਾਉਣੀ ਹੈ, ਇਸ ਪਵਿੱਤਰ ਛਾਉਣੀ ਦੇ ਵਿੱਚ ਪਰਸੋਂ ਰੋਜ਼ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਉਦਾਰਾ ਹੋਇਆ। ਗੁਰੂ ਸਾਹਿਬ ਜੀ ਦੇ ਨਿਸ਼ਾਨ ਨਗਾਰੇ ਘੋੜੇ ਲੈ ਕੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸ਼ਮਸ਼ੇਰ ਸਿੰਘ ਜੀ ਮਹਾਂਪੁਰਸ਼ ਦਲ ਪੰਥ ਸਮੇਤ ਹਾਜ਼ਰੀਆਂ ਭਰ ਰਹੇ ਨੇ ਔਰ ਗੁਰੂ ਦਰਬਾਰ ਦੇ ਵਿੱਚ ਬੜੀਆਂ ਮਹਾਨ ਵਿਭੂਤੀਆਂ ਬਿਰਾਜਮਾਨ ਹਨ। ਤੇ ਬਾਬਾ ਗਿਆ ਕਿੱਥੇ? ਗੁਰੂ ਅੰਗਦ ਕੇ ਹੀਏ ਸਮਾਵੈ, ਬਾਬਾ ਦੇ ਗੁਰੂ ਅੰਗਦ ਦੇ ਹਿਰਦੇ 'ਚ ਸਮਾ ਗਿਆ। ਤੇ ਗੁਰੂ ਅੰਗਦ ਦੇਵ ਜੀ ਕਿੱਥੇ ਗਏ? ਉਹ ਗੁਰੂ ਅਮਰਦਾਸ 'ਚ ਸਮਾ ਗਏ। ਤੇ ਗੁਰੂ ਅਮਰਦਾਸ ਕਿੱਥੇ? ਉਹ ਕਹਿੰਦੇ ਮੈਂ ਗੁਰੂ ਰਾਮਦਾਸ ਵਿੱਚ ਸਮਾਣ ਲੱਗਾ ਹਾਂ। ਰਾਮਦਾਸ ਤਬ ਗੁਰੂ ਕਹਾਵਾ, ਜਬ ਵਰਦਾਨ ਸਮੇਂ ਬਵਾਵਾ, ਰਾਮਦਾਸ ਤਬ ਗੁਰੂ ਕਹਾਵਾ। ਆਪਣੀ 6 ਸਾਲ 11 ਮਹੀਨੇ 18 ਦਿਨ ਉਮਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਦੇ ਕੇ ਗੱਦੀ ਤੇ ਬਿਠਾ ਦਿੱਤਾ। ਬਚਨ ਕੀਤਾ, ਕਹਿਣ ਲੱਗੇ ਜਿਹੜਾ ਇਹਨਾਂ ਦੇ ਸ਼ਰਧਾ ਰੱਖੇਗਾ ਆਖੇਗਾ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਉਹਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਮੈਂ ਹੁਣ ਅੰਤਰ ਧਿਆਨ ਹੋ ਰਿਹਾ, ਮੈਂ ਤੁਹਾਡੀ ਅੱਖਾਂ ਤੋਂ ਓਹਲੇ ਹੋ ਜਾਣਾ, ਮੇਰਾ ਸਰੀਰ ਤੁਹਾਨੂੰ ਨਹੀਂ ਦਿਸਣਾ। ਆਤਮਾ ਸਰੀਰ ਅੰਤਰ ਧਿਆਨ ਦਾ ਮਤਲਬ ਹੁੰਦਾ ਵੀ ਹੁੰਦੇ ਤਾਂ ਹਨ ਪਰ ਦਿਸਦੇ ਨੇ, ਹੈ ਤਾਂ ਹਾਜ਼ਰ ਨਾਜ਼ਰ ਗੁਰੂ ਅਮਰਦਾਸ ਪਾਤਸ਼ਾਹ, ਪਰ ਕਹਿੰਦੇ ਮੈਂ ਦਿਸਾਂਗਾ ਨਹੀਂ, ਹੁਣ ਮੈਂ ਗੁਰੂ ਰਾਮਦਾਸ ਦੇ ਰੂਪ 'ਚ ਦਿਸਾਂਗਾ। ਜਿਹਨੇ ਮੈਨੂੰ ਦੇਖਣਾ ਉਹ ਗੁਰੂ ਰਾਮਦਾਸ ਦੇ ਰੂਪ 'ਚ ਵੇਖ ਲਵੇ।
ਹੁਣ ਹੋ ਰਹੀ ਹੈ ਜੀ ਅੰਮ੍ਰਿਤ ਸੰਚਾਰ ਦੀ ਤਿਆਰੀ, ਅਤੇ ਆਪਾਂ ਨੇ ਬਾਹਰ ਨੂੰ ਹੋ ਜਾਣਾ ਫੌਜਾਂ ਸਾਰੀਆਂ। ਅਤੇ ਦੇਗਾਂ ਦੇ ਲੰਗਰ ਵਰਤਾਏ ਜਾ ਰਹੇ ਆ ਜੀ, ਸਾਰੀਆਂ ਸੰਗਤਾਂ ਜਿਹੜੀਆਂ ਦੇਗਾਂ ਦੇ ਲੰਗਰ ਵਾਸਤੇ ਸੱਜ ਗਈਆਂ ਨੇ। ਮਹਾਂਕਾਲ ਸਿੰਘ ਸ਼ਰਦਾਈਆਂ ਦੇ ਬਾਟੇ ਲੈ ਕੇ ਆ ਰਹੇ ਆ ਜੀ ਆਪਣੇ ਲਈ। ਫੌਜਾਂ ਇੱਥੇ ਬੈਠੀਆਂ ਸਜੀਆਂ ਹੋਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਅਤੇ ਬਾਬਾ ਭਾਨ ਸਿੰਘ ਜੀ ਕਿੱਲੇ ਤਿਆਰ ਕਰ ਰਹੇ ਆ ਜੀ। ਆਹ ਦੇਖੋ ਜੀ ਜਿਹੜੇ ਕਿੱਲੇ ਘੋੜ ਦੌੜ ਦੇ ਅੰਦਰ ਪੱਟੇ ਜਾਂਦੇ ਆ ਉਹ ਕਿੱਲੇ ਇੱਦਾਂ ਤਿਆਰ ਕੀਤੇ ਜਾਂਦੇ ਆ ਜੀ। ਆਹ ਦੇਖੋ ਘਾਹ ਲਿਆਉਂਦੇ ਆ ਪਹਿਲੇ ਪੱਟ ਕੇ ਫਿਰ ਉਹਨੂੰ ਬੰਨਿਆ ਜਾਂਦਾ। ਆਹ ਦੇਖੋ ਜੀ ਇੱਦਾਂ ਕਰਕੇ ਕਿੱਲਾ ਤਿਆਰ ਹੋ ਜਾਂਦਾ ਹੈ। ਇਹਨੂੰ ਹੁਣ ਘੋੜ ਦੌੜ 'ਚ ਪੱਟਿਆ ਜਾਣਾ ਕਿੱਲੇ ਨੂੰ। ਹਾਂਜੀ ਅਤੇ ਅੰਮ੍ਰਿਤ ਸੰਚਾਰ ਹੋ ਰਿਹਾ ਦਰਬਾਰ 'ਚ, ਅਤੇ ਜਿਹੜੇ ਖੁੱਲ੍ਹੇ ਮੈਦਾਨ 'ਚ ਦਰਬਾਰ ਲੱਗੇ ਆ ਉਹਨਾਂ 'ਤੇ ਆਪਣੀ ਕਥਾ ਵਿਚਾਰਾਂ ਚੱਲਦੀਆਂ ਢਾਡੀ, ਜਿੱਥੇ ਆਰਾਮ ਨਾਲ ਆਪਣਾ ਲੱਗੇ ਹੋਏ ਨੇ ਵਧੀਆ ਅਤੇ ਸੰਗਤ ਬੈਠੀ ਆ। ਮੈਂ ਕਿਹਾ ਚਲੋ ਆਪਾਂ ਨਾ ਥੋੜ੍ਹਾ ਜਿਹਾ ਇੱਧਰ ਨੂੰ ਆ ਜਾਈਏ ਅੱਗੇ ਨੂੰ ਘੁੰਮ ਫਿਰ ਕੇ ਆਈਏ, ਪਿਆਸ ਲੱਗੀ ਆਪਣੇ ਨੂੰ, ਪਾਣੀ ਪੀਣ ਜਾ ਰਿਹਾ ਵੈਸੇ ਤਾਂ ਮੇਨ ਮੈਂ। ਓਹੋ ਹੋ ਬਾਕੀ ਘੋੜੇ ਇਸ਼ਨਾਨ ਕਰ ਰਹੇ ਦੁਬਾਰਾ ਦੂਜੀ ਵਾਰ ਕਿਉਂਕਿ ਹੁਣ ਮਹੱਲਾ ਚੜ੍ਹਨਾ। ਪਹਿਲੇ ਉਹ ਸਵੇਰ ਦੇ ਇਸ਼ਨਾਨ ਕਰਦੇ ਸੀਗੇ ਅਤੇ ਹੁਣ ਜਿਹੜਾ ਮਹੱਲਾ ਚੜ੍ਹਾਂਗੇ ਅਤੇ ਇਸ਼ਨਾਨ ਪਾਉਣ ਜਿਹੜੇ ਗੱਦੀ ਦੇ ਘੋੜੇ ਆ। ਅਕਾਲ ਅਤੇ ਇੱਥੇ ਲੰਗਰ ਬਣਦਾ, ਮੈਂ ਤੁਹਾਨੂੰ ਦਰਸ਼ਨ ਮੇਲੇ ਕਰਾਉਂਦਾ ਹੁਣ ਲੰਗਰਾਂ ਵਗੈਰਾ ਦੇ। ਹਾਂ ਦੇਖੋ ਜੀ ਇੱਥੇ ਬਣਦੇ ਆ ਜੀ ਪ੍ਰਸ਼ਾਦੇ, ਅਤੇ ਇੱਥੇ ਸਾਰੀਆਂ ਬੀਬੀਆਂ ਭੈਣਾਂ ਮਾਈਆਂ ਸਾਰੀਆਂ ਜਿਹੜੀਆਂ ਨੇ ਕੋਈ ਪੇੜੇ ਬਣਾਉਂਦੀਆਂ ਨੇ ਕੋਈ ਕਰਦੀਆਂ ਨੇ, ਇਹ ਸਾਰਾ ਲੰਗਰ ਹੈ ਜੀ। ਆਹ ਦੇਖੋ ਜੀ ਸਾਰੀਆਂ ਬੀਬੀਆਂ ਜਿਹੜੀਆਂ ਸੇਵਾ ਕਰ ਰਹੀਆਂ ਨੇ। ਚੜ੍ਹਦੀ ਕਲਾ 'ਤੇ ਆਪਾਂ ਚੱਲਦੇ ਲੰਗਰ ਹਾਲ 'ਚ, ਉੱਥੇ ਛਕਾਂਗੇ। ਪਾਣੀ ਪਿਆਸ ਲੱਗੀ ਹੋਈ ਹੈ ਬੜੀ, ਹਾਓ ਘੋੜੇ ਜਾਂਦਾ ਜੀ ਪਾਣੀ ਪਿਲਾਏ ਆ ਪਾਣੀ ਘੋੜਿਆਂ ਨੂੰ। ਆਹ ਵਾਹਿਗੁਰੂ ਮਹਾਂਕਾਲ ਸਿੰਘ ਵਾਹਿਗੁਰੂ। ਆ ਗਿਆ ਜੀ ਲੰਗਰ ਹਾਲ, ਲੰਗਰ ਹਾਲ ਵੀ ਨਵਾਂ ਬਣਾਇਆ ਗਿਆ, ਪਹਿਲੇ ਨਹੀਂ ਸੀ ਆ ਗੇਟ ਵਗੈਰਾ ਨਾ, ਹੁਣ ਹੀ ਬਣਾਏ ਆ ਫਰਸ਼ ਫੁਰਸ਼ ਜੇ ਵਧੀਆ ਕਰਕੇ। ਹੋਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ। ਚੜ੍ਹਦੀ ਗੱਲ ਆ, ਮੈਂ ਕਿਹਾ ਲੰਗਰ ਹਾਲ 'ਚ ਕੰਮ ਹੋਇਆ ਨਵਾਂ ਹੈ ਨਾ। ਹਾਂ ਪੂਰਾ ਹੀ ਬਣ ਗਿਆ। ਵਾਹ ਜੀ ਵਾਹ, ਬਹੁਤ ਸੋਹਣਾ ਲੰਗਰ ਹਾਲ ਜਿਹੜਾ ਤਿਆਰ ਹੋ ਗਿਆ ਨਵਾਂ।
ਹੋਰ ਬਾਬਾ ਜੀ ਸੇਤਾਂ ਕਹਿ ਮੈਂ ਚੜ੍ਹਦੀ ਕਲਾ ਚੜ੍ਹਦੀ ਕਲਾ ਨਜ਼ਾਰੇ ਜਲ ਛਕੀਏ ਜਲ ਛਕਣ ਆਇਆ ਜੀ ਪਿਆਸ ਲੱਗੀ ਆ ਬੜੀ ਤਰੇੜ ਵੱਜੀ ਆ ਤਰੇੜ ਇੱਥੇ ਭਾਂਡਿਆਂ ਦੀ ਸੇਵਾ ਹੋ ਰਹੀ ਹੈ ਜੀ ਦੇਖੋ ਇਹ ਆ ਗਿਆ ਜਲ ਵਾਲਾ ਸਥਾਨ ਸਾਡਾ ਜਲ ਭਰੀਏ ਹਾਂਜੀ ਹਾਂਜੀ ਵਾਹਿਗੁਰੂ ਕਿਵੇਂ ਬੱਲਾ ਲੱਗਿਆ ਦੇਖੇ ਅੱਛਾ ਠੀਕ ਹੈ ਵਧੀਆ ਹੋਰ ਸਤਿ ਸ਼੍ਰੀ ਅਕਾਲ ਵਧੀਆ ਸਾਰੇ ਚਲੋ ਕਿੱਥੇ ਇੱਥੇ ਦੇ ਲੋਕਲ ਅੱਛਾ ਅਜੀਮਗੜ੍ਹ ਤੋਂ ਠੀਕ ਹੈ ਜੀ ਅਜੀਮਗੜ੍ਹ ਵਾਲੀ ਸਪੋਰਟ ਜਾਣਿਆ ਸਾਰੀ ਕੀਤਾ ਹੋਇਆ ਥੈਂਕ ਯੂ ਆਹੋ ਆਹੋ ਆਈ ਹੈ ਚੰਨੀ ਬਲੌਗ ਦੇ ਨਾਮ ਤੋਂ ਚਲੋ ਵਧੀਆ ਹੋਰ ਵਧੀਆ ਸਭ ਓਕੇ ਹੁਣ ਮੈਂ ਬੈਠ ਗਿਆ ਜੀ ਲੰਗਰ ਛਕਣ ਲਈ ਸੰਗਤ ਵਿੱਚ ਚਮਚ ਵੀ ਆ ਗਿਆ ਅਤੇ ਇਹਦੀ ਸਾਡੀ ਪਲੇਟ ਠੀਕ ਹੈ ਅਤੇ ਲੰਗਰ ਪਾਣੀ ਛਕਾਂਗੇ ਫਿਰ ਮਿਲਾਂਗੇ ਲੰਗਰ 'ਚ ਗੱਲਬਾਤ ਨਹੀਂ ਕਰਾਂਗੇ ਬਸ ਹੁਣ ਲੰਗਰ ਛਕਣ ਤੋਂ ਬਾਅਦ ਹੀ ਗੱਲ ਕਰਾਂਗੇ ਠੀਕ ਹੈ ਜੀ ਚੰਗੀ ਜਾ ਰਹੇ ਜੀ ਆਪਣਾ ਘੋੜਾ ਤਿਆਰ ਕਰਨ ਹਾਂਜੀ ਕਿੱਥੇ ਚੱਲੇ ਚਲੋ ਚੱਲੀਏ ਫਿਰ ਹਾਂਜੀ ਮੈਂ ਲਿਆ ਸੇਬ ਅਤੇ ਖਾ ਰਿਹਾ ਮੈਨੂੰ ਲੱਗ ਰਹੀ ਸੀ ਭੁੱਖ ਅਤੇ ਥੋੜ੍ਹੀ ਜਿਹੀ ਮਿੱਠੇ ਦੀ ਤਲਬ ਮੈਨੂੰ ਫਿਰ ਮਿਲ ਗਿਆ ਬਹੁਤ ਸ਼ਰਾਰਤਾਂ ਕਰ ਰਿਹਾ ਇੱਥੇ ਬਹੁਤ ਸ਼ਰਾਰਤਾਂ ਕਰ ਰਿਹਾ ਹੈਲੋ ਕੀ ਹਾਲ ਹੈ ਅਕਾਲ ਸਤਿ ਸ਼੍ਰੀ ਅਕਾਲ ਇਹਨਾਂ ਨੇ ਕਿਹਾ ਮੈਨੂੰ ਸਪੈਸ਼ਲ ਸਾਰਿਆਂ ਨੂੰ ਲੈ ਲਿਆ ਮੈਂ ਕਿਹਾ ਲੈ ਲੂੰਗਾ ਠੀਕ ਹੈ ਬਸ ਹੁਣ ਅਕਾਲੂ ਹਾਂਜੀ ਅਤੇ ਬਾਈ ਹੁਣ ਆ ਗਏ ਨੇ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਹੁਣ ਜਾ ਰਹੇ ਹਾਂ ਅਸੀਂ ਕਿੱਥੇ ਠੰਡਾ ਮੁੰਡਾ ਪੀਣ ਦੇਖਦੇ ਹਾਂ ਅਗਰ ਉੱਥੇ ਸੁਣਨ 'ਚ ਆਇਆ ਕਿ ਠੰਡਾ ਆਇਆ ਪਿਆ ਠੰਡਾ ਪੀਆਂਗੇ ਅੱਛਾ ਅੱਛਾ ਬਾ ਠੀਕ ਹੈ ਚੜ੍ਹਦੀ ਗੱਲਾਂ ਪਾਲੀ ਜੀ ਸਾਡੇ ਉਹਨੇ ਪਾਲੀ ਜੀ ਜਨਰੇਟਰ ਬੜਾ ਸ਼ੋਰ ਮਚਾਈ ਜਾਂਦਾ ਬਾਬਾ ਜੀ ਘੁੰਗਰੂ ਦਾ ਜਿਹੜਾ ਹਾਰ ਹੁੰਦਾ ਨਾ ਘੋੜੇ ਦੇ ਗਲੇ 'ਚ ਪੈਂਦਾ ਉਹ ਤਿਆਰ ਹੋ ਰਿਹਾ ਜੀ ਦੇਖੋ ਕਿੰਨਾ ਕਰਦੇ ਆ ਖੁਦ ਤਿਆਰ ਕਰਦੇ ਸਾਰੀ ਚੀਜ਼ਾਂ ਜਿਹੜੀਆਂ ਹੱਥੀ ਇੱਕ ਇੱਕ ਚੀਜ਼ ਨੂੰ ਆਪਣੇ ਹਿਸਾਬ ਨਾਲ ਤਿਆਰ ਕਰਨਾ
ਭਾਈ ਜਿਹੜਾ ਸਾਰੇ ਘੂਰ ਪਾਣੇ ਆ ਇਹਨੂੰ ਉਹਨੇ ਆ ਮੋਬਤੀ ਉਹ ਡੱਬੀ ਲੈ ਕੇ ਜਾ ਭੱਜ ਕੇ ਰਾਜੇ ਡੱਬੀ ਲੈ ਉਹਨੂੰ ਜੀ ਹੁਣ ਘੋੜਿਆਂ ਨੂੰ ਜਿਹੜੇ ਜਿਹੜੇ ਸਿੰਘ ਹੈਗੇ ਘੋੜੇ ਵਾਲੇ ਉਹਨਾਂ ਨੂੰ ਮੈਂ ਵਰਤਾਰੀ ਜਾਈ ਜਾ ਰਹੀ ਹੈ ਮਰਿਆਦਾ ਬੁੱਢੇ ਦਲ ਦੀ ਪੁਰਾਤਨ ਮਰਿਆਦਾ ਹੈ ਬਾਬਾ ਜੀ ਮਰਿਆਦਾ ਹੁੰਦੀ ਸੀ ਨਾ ਪਹਿਲੇ ਵੀ ਕਿ ਘੋੜਿਆਂ ਸਿੰਘਾਂ ਨੂੰ ਦੇ ਕੇ ਹਨਾ ਉਹੀ ਹੈ ਜੀ ਉਹੀ ਮਰਿਆਦਾ ਪਹਿਲਾਂ ਵਾਲੀ ਪੁਰਾਤਨ ਹਾਂਜੀ ਹਾਂਜੀ ਚੜ੍ਹਦੀ ਕਲਾ ਸਾਰੇ